ਤੁਸੀਂ ਸਾਡੇ ਮਗਰ ਐ ਪੈ ਜਾਂਦੇ ਹੋ। ਉੱਥੇ ਰੁਪਿੰਦਰ ਹਾਂਡਾ ਨੂੰ ਸਵਾਲ ਪੁੱਛ ਰਹੇ ਹੋ ਕਿ ਬੱਬੂ ਮਾਨ ਜੀ ਪਹੁੰਚੇ ਨੇ, ਲੱਖ ਲਾਣਤ ਜੇ ਯੰਗਸਟਰਸ ਦੇ, ਯੰਗਸਟਰਸ ਸਿੰਗਰ ਜਿੰਨੇ ਹੈਗੇ ਨੇ, ਯੰਗ ਸਿੰਗਰ ਹੈਗੇ ਨੇ, ਜੇ ਉਹ ਪਹੁੰਚ ਰਹੇ ਨੇ ਤਾਂ ਜਿੰਨੇ ਸੀਨੀਅਰ ਨੇ ਉਹਨਾਂ ਨੂੰ ਜ਼ਰੂਰੀ ਅਸੀਂ ਕਹਿਣਾ ਆ ਵੀ ਤੁਸੀਂ ਆਓ, ਅਸੀਂ ਅਸੀਂ ਮਰ ਗਏ, ਅਸੀਂ ਖੜੇ ਹਾਂ ਸਾਰੇ ਜਾਣੇ। ਐਟਲੀਸਟ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਕਿ ਤੁਸੀਂ ਵੱਜ ਗੱਜ ਕੇ ਪਹੁੰਚੋ, ਸਾਰੇ ਜਾਣੇ ਪਹੁੰਚੋ। ਸਾਡੇ ਲਈ ਉਹੀ ਬਹੁਤ ਹੈ ਜੇ ਸਾਡੇ ਮਾਂ ਬਾਪ ਸਾਨੂੰ ਕਹਿਣਗੇ ਕਿ ਬੇਟਾ ਜੀ ਜਾ ਤੁਸੀਂ ਆਹ ਚੀਜ਼ ਕਰੋ, ਅਸੀਂ ਇਹ ਥੋੜੀ ਕਹਾਂਗੇ ਮੰਮੀ ਡੈਡੀ ਤੁਸੀਂ ਵੀ ਚਲੋ ਧੁੱਪੇ ਸਾਡੇ ਨਾਲ ਧੱਕੇ ਖਾਣ। ਪਰ ਇਹਦਾ ਮਤਲਬ ਇਹ ਨਹੀਂ ਜੇ ਘਰੇ ਬੈਠੇ ਨੇ ਉਹ ਚੰਗਾ ਨਹੀਂ ਸੋਚਦੇ। ਸਿਰ ਨੀ ਪੈਰ ਨੀ ਚੀਜ਼ ਦਾ ਤੁਸੀਂ ਚੱਕ ਕੇ ਉਹ ਚੀਜ਼ਾਂ ਪੁੱਛੀ ਜਾਂਦੇ ਹੋ ਜਿਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਸਿਰਫ ਔਰ ਸਿਰਫ ਕ੍ਰਿਟਿਸਿਜ਼ਮ। ਅੱਜ ਕਿਤੇ ਵੀ ਕੋਈ ਨਿਊਜ਼ ਮੈਨੂੰ ਇਹੋ ਜਿਹੀ ਦਿਖਾ ਦਿਓ ਜਿਹਦੇ ਚ ਰੁਪਿੰਦਰ ਨੇ ਕਿਹਾ ਇਹ ਬੱਬੂ ਮਾਨ ਨਹੀਂ ਪਹੁੰਚਿਆ, ਸਿੱਧੂ ਮੂਸੇਵਾਲੇ ਨੇ ਆਹ ਕਿਹਾ, ਉਹਨੇ ਇਹ ਕਿਹਾ, ਹਿਮਾਂਸ਼ੀ ਭੱਜੀ, ਰਣਜੀਤ ਬਾਵੇ ਨੇ ਆਹ ਕੀਤਾ, ਉਹ ਨਹੀਂ ਪਹੁੰਚਿਆ। ਦੈਟਸ ਇਟ, ਤੁਹਾਨੂੰ ਸਿਰਫ ਆਹੀ ਕਰਨਾ ਆਉਂਦਾ ਆ। ਦੈਨ ਯੂ ਹੈਵ ਨੋ ਰਾਈਟ, ਤੁਸੀਂ ਕੱਲ ਨੂੰ ਕਿਸੇ ਨੂੰ ਕਹੋ ਕਿ ਜੀ ਸਿੰਗਰ ਆ ਨਹੀਂ ਕਰਦੇ, ਸਿੰਗਰ ਉਹ ਨਹੀਂ ਕਰਦੇ। ਪਹਿਲੇ ਮੀਡੀਆ ਹੋਣ ਦਾ ਫਰਜ਼ ਨਿਭਾਓ। ਇੱਥੇ ਰੱਬ ਕਿਹੜਾ ਆ ਮੈਨੂੰ ਦਿਖਾ ਦਿਓ, ਕਿਹੜਾ ਬੰਦਾ ਇੱਥੇ ਰੱਬ ਆ? ਅਸੀਂ, ਮੈਂ ਤਾਂ ਕਹਿੰਦੀ ਹਾਂ ਪੰਜਾਬੀ ਇੰਡਸਟਰੀ ਵਿਚਾਰੀ ਕਿੱਧਰ ਨੂੰ ਜਾਵੇ, ਕੁਛ ਹੁੰਦਾ ਇਹਨਾਂ ਦੇ ਮਗਰ ਪੈ ਜਾਓ ਹਰ ਚੀਜ਼ ਦੇ ਵਿੱਚ। ਉਹ ਸ਼ੁਕਰ ਮਨਾਓ ਸਾਰੇ ਜਾਣੇ ਇਕੱਠੇ ਹੋਏ ਨੇ ਤੁਸੀਂ। ਬੱਬੂ ਮਾਨ ਇਜ਼ ਨੋਟ ਇਨ ਇੰਡੀਆ ਰਾਈਟ ਨਾਓ, ਜੇ ਹੁੰਦੇ ਡੈਫੀਨੇਟਲੀ ਮੈਨੂੰ ਪਤਾ ਉਹ ਪਹੁੰਚਦੇ, ਉਹਨਾਂ ਕਰਕੇ ਇੰਨਾ ਇਕੱਠ ਹੋਣਾ ਸੀਗਾ। ਬਟ ਜੇ ਕੋਈ ਇਨਸਾਨ ਨਹੀਂ ਪਹੁੰਚ ਸਕਿਆ ਉਹਦੀ, ਉਹ ਦੇਖੋ ਤੇ ਤੁਸੀਂ ਦੂਜੇ ਸਿੰਗਰਾਂ ਨੂੰ ਜਿਹਦੇ ਨਾਲ ਉਹਦਾ ਥੋੜਾ ਬਹੁਤਾ ਗੁੱਸਾ ਗਿਲਾ ਹੋਇਆ, ਤੁਸੀਂ ਉਹਨੂੰ ਹੋਰ ਚੀਜ਼ਾਂ ਪੁੱਛੀ ਜਾਂਦੇ ਹੋ, ਗਲਤੀ ਨਾਲ ਜੇ ਉਹਨੇ ਕੁਛ ਕਹਿਤਾ ਤੇ ਤੁਹਾਨੂੰ ਹੈਡਲਾਈਨ ਮਿਲ ਗਈ। ਅਸੀਂ ਨਹੀਂ ਨਿਭਾਉਂਦੇ, ਅਸੀਂ ਹੈ ਬੇਕਾਰ, ਅਸੀਂ ਬੇਵਕੂਫ, ਅਸੀਂ ਮਹਾ ਬਕਵਾਸ, ਅਸੀਂ ਕੋਈ ਫਰਜ਼ ਨਹੀਂ ਨਿਭਾਉਂਦੇ। ਤੁਸੀਂ ਨਿਭਾ ਲਓ, ਕੋਈ ਫਰਜ਼ ਨਿਭਾਉਣਾ ਆ? ਇੰਨੇ ਬੰਦਿਆਂ ਦੀ ਇਹਨਾਂ ਨੇ ਲਾਈਫ ਖਰਾਬ ਕੀਤੀ ਹੈ ਨਾ, ਇਹ ਗਲਤ